ਦੋਸਤੋ, ਤੁਹਾਨੂੰ ਤਾਂ ਪਤਾ ਆ, ਸਿੱਧੂ ਮੂਸੇਵਾਲੇ ਦਾ ਜਦੋਂ ਕੋਈ ਗਾਣਾ ਗਾਉਣ ਲੱਗਦਾ ਹੈ ਸਟੇਜ 'ਤੇ ਤਾਂ ਕਈ ਵਾਰ ਮਾਈਕ ਬੰਦ ਹੋ ਜਾਂਦਾ ਆ। ਇਹ ਕੋਇੰਸੀਡੈਂਸਲੀ ਆਉਂਦਾ ਆ ਜਾਂ ਫਿਰ ਜਾਣਬੁੱਝ ਕੇ ਆਉਂਦਾ ਆ, ਇਹ ਤਾਂ ਤੁਸੀਂ ਜਾਣਦੇ ਹੋ। ਦੋਸਤੋ, ਇੱਕ ਇੰਸੀਡੈਂਟ ਸਾਹਮਣੇ ਆਇਆ ਸੀ। ਬਾਗੀ ਲਾਈਵ ਕੰਸਰਟ ਕਰ ਰਿਹਾ ਸੀ, ਸਿੱਧੂ ਮੂਸੇਵਾਲੇ ਦਾ ਗਾਣਾ ਗਾ ਰਿਹਾ ਸੀ ਅਤੇ ਮਾਈਕ ਆਪਣੇ ਆਪ ਬੰਦ ਹੋ ਜਾਂਦਾ ਆ। ਅਤੇ ਸਿੱਧੂ ਮੂਸੇਵਾਲੇ ਦੀ ਮਾਤਾ ਜੀ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਸਟੋਰੀ ਸਾਂਝੀ ਕੀਤੀ ਆ। ਪਹਿਲਾਂ ਤੁਹਾਨੂੰ ਉਹ ਸਟੋਰੀ ਦਿਖਾ ਦਈਏ ਕੀ ਸਾਂਝਾ ਕੀਤਾ ਹੈ ਸਿੱਧੂ ਮੂਸੇਵਾਲੇ ਦੀ ਮਾਤਾ ਜੀ ਨੇ। ਸਿੱਧੂ ਮੂਸੇਵਾਲੇ ਦੇ ਮਾਤਾ ਜੀ ਲਿਖਦੇ ਨੇ, ਕਿਸੇ ਦੇ ਮੌਜੂਦ ਨਾ ਹੋਣ ਤੋਂ ਬਾਅਦ ਵੀ ਜਦੋਂ ਉਸਦਾ ਇੰਨਾ ਖੌਫ ਹੋਵੇ ਕਿ ਸਭ ਰੁਕ ਜਾਵੇ, ਉਸ ਨੂੰ ਰੱਬ ਨਹੀਂ ਅਤੇ ਹੋਰ ਕੀ ਕਹੋਗੇ। ਪ੍ਰਾਊਡ ਆਫ ਯੂ ਪੁੱਤਰ, ਇਹ ਹੈ ਤੇਰੀ ਕਮਾਈ ਅਤੇ ਸਾਡਾ ਮਾਣ। ਯੂ ਵਿਲ ਆਲਵੇਜ਼ ਬੀ ਏ ਕਿੰਗ। ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਸਾਂਝੇ ਕਰਿਓ। ਬਾਕੀ ਡਿਸਕ੍ਰਿਪਸ਼ਨ ਫਸਟ ਕਮੈਂਟ ਦੇ ਵਿੱਚ ਦਲਜੀਤ ਦੋਸਾਂਝ ਦੀ ਪੰਜਾਬ 95 ਮੂਵੀ ਹੈ ਜਿਹੜੀ, ਉਸ 'ਤੇ 85 ਸੀਨਾਂ 'ਤੇ ਬੈਨ ਲਾਤਾ ਹੈ। ਦੇਖਿਓ ਜ਼ਰੂਰ ਵੀਡੀਓ। ਧੰਨਵਾਦ।